ਸਿੱਖ ਧਰਮ ਦੀ ਹਰ ਗਤੀਵਿਧੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰਿਓ, ਬਰਗਾੜੀ ਕਾਂਡ ਦੀ ਜਾਂਚ ਕਰ ਰਹੀ SIT ਦੇ ਇੱਕ ਅਹਿਮ ਮੈਂਬਰ ਕੁੰਵਰ ਵਿਜੇ ਪ੍ਰਤਾਪ ਸਿੰਘ ਦਾ ਤਬਾਦਲਾ ਕਰ ਦਿੱਤਾ ਗਿਆ, ਜਿਸ ਤੋਂ ਸਿੱਖ ਸੰਗਤ ਦੇ ਵਿੱਚ ਕਾਫੀ ਰੋਸ਼ ਹੈ, ਨਿਰਾਸ਼ ਹੈ ਸਿੱਖ ਸੰਗਤ, ਤੇ ਜਿਸ ਦੇ ਚੱਲਦਿਆਂ ਬਰਗਾੜੀ ਗੁਰਦੁਆਰਾ ਪਾਤਸ਼ਾਹੀ 10ਵੀਂ ਤੋਂ ਇੱਕ ਰੋਸ਼ ਮਾਰਚ ਕੱਢਿਆ ਗਿਆ, ਜਿਸ ਰੋਸ਼ ਮਾਰਚ ਵਿੱਚ ਸਿੱਖ ਸੰਗਤ ਨੇ ਅਕਾਲੀ ਦਲ, BJP ਅਤੇ ਚੋਣ ਕਮਿਸ਼ਨ ਦੇ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ ਤੇ ਸਿੱਖ ਸੰਗਤ ਨੇ ਸਾਫ਼ ਤੌਰ ਦੇ ਉੱਤੇ ਇਹ ਗੱਲ ਕਹੀ ਕਿ ਬਰਗਾੜੀ ਮਾਮਲੇ ਦੀ ਜਾਂਚ ਦੇ ਵਿੱਚ ਵਿਘਨ ਪਾਉਣ ਵਾਸਤੇ ਸਰਕਾਰਾਂ ਜਾਣ ਬੁੱਝ ਕੇ ਇਹ ਕੰਮ ਕਰ ਰਹੀਆਂ ਨੇ। ਉਹਨਾਂ ਨੂੰ ਬਾਦਲ ਦਲ ਅਤੇ BJP ਵੱਲੋਂ ਚੋਣ ਕਮਿਸ਼ਨ ਕੋਲ ਸ਼ਿਕਾਇਤ ਕਰਕੇ ਉਹਨਾਂ ਨੂੰ SIT ਦੇ ਵਿੱਚੋਂ ਬਾਹਰ ਕਰ ਦਿੱਤਾ ਗਿਆ, ਉਹਨਾਂ ਨੂੰ ਪੰਜਾਬ ਤੋਂ ਬਾਹਰ ਦੂਸਰੀ ਸਟੇਟ ਦੇ ਵਿੱਚ ਲਾ ਦਿੱਤਾ ਗਿਆ। ਇਸ ਦੇ ਵਿਰੋਧ ਦੇ ਵਿੱਚ ਅਸੀਂ ਅੱਜ ਰੋਸ ਮਾਰਚ ਕੀਤਾ ਅਤੇ ਚੋਣ ਕਮਿਸ਼ਨ ਵੱਲੋਂ ਅਸੀਂ ਇਹ ਮੰਗ ਕਰਦੇ ਹਾਂ ਕਿ ਜਲਦ ਤੋਂ ਜਲਦ ਕੁੰਵਰ ਵਿਜੇ ਪ੍ਰਤਾਪ ਸਿੰਘ ਜੀ ਦੀ ਦੁਬਾਰਾ ਫਿਰ SIT ਦੇ ਵਿੱਚ ਨਿਯੁਕਤੀ ਕੀਤੀ ਜਾਵੇ। ਜੇਕਰ ਸਰਦਾਰ ਗੁਰਦੀਪ ਸਿੰਘ ਜੀ ਬਠਿੰਡਾ ਜੀ ਨੇ ਇਹ ਕਿਹਾ ਹੈ ਕਿ 12 ਤਰੀਕ ਨੂੰ ਅਸੀਂ ਦਿੱਲੀ ਚੋਣ ਕਮਿਸ਼ਨ ਦੇ ਦਫ਼ਤਰ ਦੇ ਅੱਗੇ ਰੋਸ ਮੁਜ਼ਾਹਰਾ ਕਰਾਂਗੇ ਤਾਂ ਉਹ ਜ਼ਰੂਰ ਕੀਤਾ ਜਾਵੇਗਾ ਅਤੇ ਦਾਸ ਵੀ ਆਪਣੀ ਜਥੇਬੰਦੀ ਸਮੇਤ ਜਿਸ ਤਰ੍ਹਾਂ ਆਗੂਆਂ ਦਾ ਕਹਿਣਾ ਹੋਵੇਗਾ ਉਸ ਤਰ੍ਹਾਂ ਦਾਖਲਾ ਜਿਹੜਾ ਪ੍ਰੋਗਰਾਮ ਉਹ ਲਿਆ ਜਾਵੇ। ਗੁਰਪਿਆਰੇ, ਜੇਕਰ ਗੱਲ ਕੀਤੀ ਜਾਵੇ ਭਾਈ ਧਿਆਨ ਸਿੰਘ ਮਾਨ ਦੀ, ਧਿਆਨ ਸਿੰਘ ਮਾਨ ਨੇ ਇਸ ਸਾਰੇ ਮਸਲੇ ਉੱਤੇ ਕੀ ਕਿਹਾ ਅਤੇ ਕੀ ਕਿਹਾ ਸਿਮਰਜੀਤ ਸਿੰਘ ਮਾਨ ਨੇ, ਆਓ ਸੁਣਦੇ ਹਾਂ ਤੇ ਉਸ ਤੋਂ ਬਾਅਦ ਤੁਹਾਨੂੰ ਸੁਣਾਉਂਦੇ ਹਾਂ ਕਿ ਆਖਿਰ ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਬਾਦਲ ਨੇ ਇਸ ਦੇ ਉੱਤੇ ਕੀ ਕਿਹਾ। ਸਾਥੀਆਂ ਨੂੰ ਉਹਨੇ ਆਪਣੀ ਸੈਂਟਰ ਦੀ ਸਰਕਾਰ BJP ਨਾਲ ਮੋਦੀ ਦੇ ਨਾਲ ਰਲ ਕੇ ਔਰ ਪੰਜਾਬ ਸਰਕਾਰ ਦਾ ਸਹਾਰਾ ਲੈ ਕੇ ਅਤੇ ਉਹਦੀ ਜਿਹੜੀ ਬਦਲੀ ਕਰਵਾ ਦਿੱਤੀ ਆ, ਜਿਹੜੇ ਕਿ ਬਹੁਤ ਇਮਾਨਦਾਰੀ ਦੇ ਨਾਲ ਆਪਣਾ ਕੰਮ ਕਰ ਰਹੇ ਸੀ, ਉਹ ਬਦਲੀ ਨਹੀਂ ਹੋਈ। ਅਸੀਂ ਸਮਝਦੇ ਹਾਂ ਕਿ ਜਿਹੜੇ ਸਿੱਖਾਂ ਦੇ ਜ਼ਖਮ ਹੋਏ ਨੇ, ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ, ਸਿੰਘ ਸ਼ਹੀਦ ਹੋਏ ਅਤੇ ਹੋਰ ਬਹੁਤ, ਇਹਨਾਂ ਦੇ ਉੱਤੇ ਜਾਣ ਬੁੱਝ ਕੇ ਨਮਕ ਪਾਇਆ ਗਿਆ, ਲੂਣ ਪਾਇਆ ਗਿਆ। ਕੌਮ ਨੂੰ ਇਹ ਆਸ ਹੈ ਕਿ ਇਹ ਇਨਸਾਫ ਸਾਡਾ ਇੱਥੋਂ ਨਿਕਲ ਸਕਦਾ ਹੈ। ਸੋ ਇਸ ਕਰਕੇ ਅਸੀਂ ਚਾਹੁੰਦੇ ਹਾਂ ਕਿ ਉਹਦੀ ਜਿਹੜੀ ਬਦਲੀ ਹੈ, ਚੋਣ ਕਮਿਸ਼ਨ ਆ, ਉਹਨੂੰ ਫੌਰੀ ਤੌਰ ਦੇ ਉੱਤੇ ਰੱਦ ਕਰੇ ਔਰ ਅਸੀਂ ਇੱਕ ਹਫ਼ਤੇ ਦਾ ਟਾਈਮ ਦਿੰਦੇ ਇੱਕ ਹਫ਼ਤੇ ਦੇ ਵਿੱਚ ਇਹ ਬਦਲੀ ਜਿਹੜੀ ਰੱਦ ਹੋ ਜਾਣੀ ਚਾਹੀਦੀ ਆ, ਨਹੀਂ ਤਾਂ ਅਸੀਂ ਸਾਰੇ ਪੰਥ ਨੂੰ ਇਕੱਠਾ ਕਰਕੇ, ਸਾਰੀਆਂ ਜਥੇਬੰਦੀਆਂ, ਸਾਰੀ ਕੌਮ ਨੂੰ ਇਕੱਠਾ ਕਰਕੇ ਅਸੀਂ ਕੋਈ ਅਗਲਾ ਪ੍ਰੋਗਰਾਮ ਜਿਹੜਾ ਸੰਘਰਸ਼ੀ ਪ੍ਰੋਗਰਾਮ ਜਿਹੜਾ ਉਹ ਦੇਵਾਂਗੇ। ਕਿ ਉਸ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਨਕਲ ਕੀਤੀ ਹੈ ਤਾਂ ਮੇਰਾ ਮਤਲਬ ਇਹਦੇ ਵਿੱਚ IG ਦਾ ਕੀ ਕਸੂਰ ਹੈ? ਜਿਹੜਾ ਸੈਂਟਰ ਦਾ ਇਲੈਕਸ਼ਨ ਕਮਿਸ਼ਨ ਹੈ, ਮੈਂ ਹੁਣ ਰਿਕਾਰਡ ਦੱਸਦਾ ਕਿ ਇਹ ਸਾਡੀ ਪਾਰਟੀ ਅਤੇ ਸਿੱਖਾਂ ਦੇ ਖਿਲਾਫ ਚੱਲ ਰਿਹਾ ਹੈ। ਹੁਣ ਮਾਰਕ ਕਰਿਓ, ਕੰਵਰ ਪ੍ਰਤਾਪ ਸਿੰਘ ਹਿੰਦੂ ਹੈ, ਸਿੱਖ ਨਹੀਂ ਹੈ। ਇਹ ਕਹੋ ਕਿ ਇਹ ਮੈਂ ਸਿੱਖਾਂ ਦੀ ਗੱਲ ਕਰਦਾ, ਹਿੰਦੂਆਂ ਦੇ ਖਿਲਾਫ ਕਰਦਾ। 1991 ਦੇ ਵਿੱਚ ਇਸੇ ਇਲੈਕਸ਼ਨ ਕਮਿਸ਼ਨ ਨੇ, ਜਦੋਂ ਸਾਡੀ ਪਾਰਟੀ ਜਿੱਤ ਰਹੀ ਸੀ ਇਲੈਕਸ਼ਨ, ਇਸ ਨੇ ਅਖੀਰਲੇ ਘੰਟੇ ਦੇ ਵਿੱਚ ਉਹ ਇਲੈਕਸ਼ਨ ਰੱਦ ਕਰਤੇ। ਹੁਣ ਇੰਨਾ ਡਰੇ ਹੋਏ ਹੈ ਕਿ ਰਾਹੁਲ ਕਹਿੰਦਾ ਕਿ ਮੈਂ ਤਾਂ ਬ੍ਰਾਹਮਣ ਹਾਂ। ਹੁਣ ਦੇਖੋ, ਬ੍ਰਾਹਮਣ ਤਾਂ ਜੰਮਦਾ ਹੁੰਦਾ, ਇਹ ਬਾਅਦ ਦੇ ਵਿੱਚ ਬ੍ਰਾਹਮਣ ਨਹੀਂ ਬਣ ਸਕਦਾ।
ਪਰ ਡਰ ਇੰਨਾ ਹੋ ਗਿਆ ਨੈਸ਼ਨਲ ਸਿਕਿਉਰਿਟੀ ਦਾ, ਉਹ ਵੀ ਡਰਿਆ ਪਿਆ। ਹੁਣ ਉਹ ਪਾਰਸੀ ਦਾ ਪੋਤਾ ਹੈ ਰਾਹੁਲ ਗਾਂਧੀ, ਇਟੈਲੀਅਨ ਮੇਮ ਦਾ ਬੱਚਾ ਹੈ, ਉਹਦੇ 'ਚ ਤਾਂ ਸਿਰਫ 25% ਬ੍ਰਾਹਮਣਾਂ ਦਾ ਹੋਊਗਾ ਇਹ ਖੂਨ, 75% ਪਾਰਸੀ ਅਤੇ ਇਟੈਲੀਅਨ ਹੈ, ਅਤੇ ਫਿਰ ਉਹ ਬ੍ਰਾਹਮਣ ਕਿਵੇਂ ਹੋ ਗਿਆ? ਹੁਣ ਡਰਦੇ ਮਾਰੇ ਸਾਰੇ, ਹੁਣ ਬਾਦਲ ਵੀ ਹਿੰਦੁੱਤਵਾ 'ਚ ਚਲੇ ਗਏ, ਕੈਪਟਨ ਸਾਹਿਬ ਵੀ ਚਲੇ ਗਏ, ਸਾਰੇ ਚਲੇ ਗਏ ਹਿੰਦੁੱਤਵਾ ਦੇ ਵਿੱਚ। ਹੁਣ ਰਾਹੁਲ ਗਾਂਧੀ ਨੇ ਆਪਣਾ ਜਿਹੜਾ DNA ਹੈ ਉਸ ਨੂੰ ਵੀ ਬਦਲ ਕੇ ਕਹਿੰਦਾ ਮੈਂ ਬ੍ਰਾਹਮਣ। ਤੁਹਾਨੂੰ ਪਤਾ ਕੀ ਉਹਨੇ ਇਹ ਆਪਣੀ ਕਾਸਟ ਦਾ ਨਾਂ ਲਿਆ ਹੈਗਾ? ਪਤਾ ਨਹੀਂ ਇਹ ਜਿਹੜੇ ਇਹਨਾਂ ਦੇ ਹੁੰਦੇ ਆ ਇਹ ਕਸ਼ਮੀਰੀ ਬ੍ਰਾਹਮਣਾਂ ਦੇ। ਹੁਣ ਮੇਰਾ ਮਤਲਬ ਇਸ ਤਰ੍ਹਾਂ ਕਿਵੇਂ ਹੋ ਸਕਦਾ ਜੀ? ਹੁਣ ਦਰਬਾਰ ਸਾਹਿਬ ਦੇ ਥੱਲੇ ਕਹਿੰਦੇ ਆ ਕਿ ਇੱਕ ਮੰਦਰ ਸੀਗਾ, ਉਹ ਤਾਂ ਇੱਕ ਵਾਰੀ ਤਾਂ ਢਾਹਤਾ। ਫਿਰ BJP ਅਤੇ RSS ਨੇ ਕਿਹਾ ਕਿ ਅਸੀਂ ਮਸਜਿਦ ਢਾਹਤੀ ਹੈ, ਰਾਮ ਮੰਦਰ ਬਣਾਵਾਂਗੇ। 5 ਸਾਲ ਐਕਸਟ੍ਰੀਮਿਸਟ ਹਿੰਦੁੱਤਵਾ ਦਾ ਰਾਜ ਰਿਹਾ ਵਾਜਪੇਈ ਦੇ ਥੱਲੇ, ਫਿਰ ਮੰਦਰ ਕਿਉਂ ਨਹੀਂ ਬਣਿਆ? 5 ਸਾਲ ਮੋਦੀ ਦਾ ਰਾਜ ਐਕਸਟ੍ਰੀਮਿਸਟ ਟੈਰਰਿਸਟ ਹਿੰਦੁੱਤਵਾ ਦਾ ਰਾਜ ਰਿਹਾ, ਮੰਦਰ ਕਿਉਂ ਨਹੀਂ ਬਣਿਆ? 10 ਸਾਲ ਦਾ BJP RSS ਕਹਿੰਦੀ ਹੈ ਕਿ ਗੰਗਾ ਨੂੰ ਅਸੀਂ ਸਾਫ਼ ਕਰਨਾ, ਸਾਡਾ ਪਵਿੱਤਰ ਦਰਿਆ ਹੈ, ਗੰਗਾ ਨੂੰ ਸਾਫ਼ ਕਿਉਂ ਨਹੀਂ ਕੀਤਾ? ਮੇਰਾ ਮਤਲਬ ਇਸ ਤਰ੍ਹਾਂ ਲੋਕਾਂ ਨੂੰ ਚੱਕੀ ਜਾਣਾ, ਵੋਟ ਬਟੋਰੀ ਜਾਣੇ, 2 ਕਰੋੜ ਅਸੀਂ ਦੇਵਾਂਗੇ ਨੌਕਰੀਆਂ, ਪਹਿਲਾ ਮੈਨੀਫੈਸਟੋ ਹੈ BJP ਦਾ, 15-15 ਲੱਖ ਬਲੈਕ ਮਨੀ ਖਤਮ ਕਰਕੇ ਅਸੀਂ ਕਰਾਂਗੇ ਸਾਰੇ ਗਰੀਬਾਂ ਦੇ ਬੈਂਕਾਂ ਦੇ ਵਿੱਚ 15 ਲੱਖ ਜਮ੍ਹਾਂ। ਕਾਂਗਰਸ ਦੇ ਚੀਫ ਮਿਨਿਸਟਰ ਕਹਿੰਦੇ ਆ ਘਰ ਘਰ ਦੇਵਾਂਗੇ ਰੋਜ਼ੀ, ਸਾਰੇ ਕਰਜ਼ੇ ਦਿਆਂਗੇ ਮਾਫ਼, ਕਿਸਾਨ ਮਜ਼ਦੂਰ ਦੇ ਅਤੇ ਕਿਸਾਨ ਦੇ ਕਿਹੜੇ ਮਾਫ਼ ਕੀਤੇ ਆ ਜੀ? ਹੁਣ ਜਦੋਂ ਸਾਰੇ ਵਾਅਦੇ ਪੂਰੇ ਨਹੀਂ ਕੀਤੇ 5 ਸਾਲਾਂ 'ਚ 10 ਸਾਲਾਂ 'ਚ, ਤਾਂ ਫਿਰ ਹੁਣ ਜੰਗ ਲਾ ਦਾਂਗੇ ਪਾਕਿਸਤਾਨ ਨਾਲ। ਪਰ ਜੰਗ ਤੁਸੀਂ ਚੀਨ ਦੇ ਨਾਲ ਕਿਉਂ ਨਹੀਂ ਲਾਓਗੇ? 1962 ਦੇ ਵਿੱਚ ਚੀਨ ਨੇ ਲੱਦਾਖ ਦਾ 39,000 ਸਕੁਏਅਰ ਕਿਲੋਮੀਟਰ ਨੱਪਿਆ ਹੋਇਆ। ਇਹ ਲੱਦਾਖ ਕਦੋਂ ਆਇਆ ਸੀ ਇੰਡੀਆ ਦੇ ਕੋਲ? 1934 ਦੇ ਵਿੱਚ, ਜਦੋਂ ਮਹਾਰਾਜਾ ਰਣਜੀਤ ਸਿੰਘ ਦੇ ਲਾਹੌਰ ਦਰਬਾਰ ਨੇ ਲੱਦਾਖ ਫਤਿਹ ਕੀਤੀ ਸੀਗੀ। ਅਸੀਂ ਸਿੱਖ ਕਹਿੰਦੇ ਹਾਂ ਕਿ ਜੇ ਸਾਡੇ ਰਾਜ ਦੇ ਵਿੱਚ ਲੱਦਾਖ ਅਤੇ ਕਸ਼ਮੀਰ ਫਤਿਹ ਹੋਏ ਹੈ ਸਾਨੂੰ ਵੀ ਦੱਸੋ। ਕਿ ਜਿੰਨਾ ਚਿਰ ਆਖਰੀ ਇੰਚ ਲੱਦਾਖ ਦੀ ਅਸੀਂ ਵਾਪਸ ਨਹੀਂ ਕਰਦੇ, ਉਨਾ ਚਿਰ ਅਸੀਂ ਸਾਹ ਨਹੀਂ ਲਵਾਂਗੇ। ਹੁਣ ਜੇ ਪਾਰਲੀਮੈਂਟ ਦੀ ਸਰਬਸੰਮਤੀ ਦੇ ਨਾਲ ਰੈਜੋਲਿਊਸ਼ਨ ਹੈ, ਮਤਾ ਹੈ,
ਅਤੇ ਫਿਰ ਅੱਜ ਤੁਸੀਂ ਅੰਡੇ ਦੇ ਰਹੇ ਹੋ, ਉੱਧਰ ਤਾਂ ਮੂੰਹ ਨਹੀਂ ਕਰਦੇ ਹੈਗੇ। ਨਾਲੇ ਪਾਕਿਸਤਾਨ ਨੇ ਚੂੜੀਆਂ ਪਾਈਆਂ, ਆ ਨਾਲ ਸਭ ਤੋਂ ਵੱਡਾ ਰੇਡਾ ਸਟੇਸ਼ਨ ਸਾਡੇ ਲੱਗਿਆ ਹੋਇਆ ਇਹ ਬਰਨਾਲੇ, ਕਿ ਅਸੀਂ ਇੱਥੇ ਸੰਗਰੂਰ 'ਚ ਬੈਠੇ ਬਚ ਜਾਵਾਂਗੇ ਜਦੋਂ ਉਹਨਾਂ ਦੇ ਉੱਤੇ ਐਟੋਮਿਕ ਬੰਬਾਰੀ ਹੋਈ। ਹੁਣ ਮੇਰਾ ਮਤਲਬ ਹੈ ਕਿ ਇੱਕ ਕਹਾਵਤ ਹੈ, ਰਾਜ ਅਤੇ ਖੁਰਕ ਕਰਨ ਦਾ ਮਜ਼ਾ ਉਸੇ ਨੂੰ ਆਉਂਦਾ ਹੈ ਜਿਹੜਾ ਰਾਜ ਕਰਦਾ ਹੋਵੇ ਅਤੇ ਜਿਹੜਾ ਖੁਰਕ ਕਰਦਾ ਹੋਵੇ। ਹੁਣ ਜੇ ਢੀਂਡਸੇ ਦਾ ਬੱਚਾ ਰਾਜ ਕਰਨਾ ਚਾਹੁੰਦਾ ਹੈ, ਆਪਣੇ ਬਾਪ ਦੀ ਨਹੀਂ ਮੰਨਦਾ, ਔਰੰਗਜ਼ੇਬ ਨੇ ਵੀ ਨਹੀਂ ਸੀ ਮੰਨੀ, ਉਹਨੇ ਵੀ ਆਪਣਾ ਬਾਪ ਅੰਦਰ ਦੇ ਤਾ ਸੀ ਬਾਦਸ਼ਾਹ ਸ਼ਾਹਜਹਾਂ, ਹੁਣ ਅਸੀਂ ਕੀ ਕਰ ਸਕਦੇ ਹਾਂ? ਇਹ ਸਿਆਸਤ ਹੀ ਇਹੋ ਜਿਹੀ ਹੈ, ਮਜ਼ਾ ਆਉਂਦਾ ਰਾਜ ਦਾ। ਇਲੈਕਸ਼ਨ ਕਮਿਸ਼ਨ ਇੱਕ ਇੰਡੀਪੈਂਡੈਂਟ ਅਥਾਰਟੀ ਹੈ, ਨਾ ਉਹਦਾ ਕਿਸੇ ਪਾਰਟੀ ਨਾਲ ਤਲਕ ਹੈ, ਨਾ ਕਾਨਸਟੀਟਿਊਸ਼ਨ ਬਾਡੀ ਹੈ ਜਿਵੇਂ ਸੁਪਰੀਮ ਕੋਰਟ ਹੁੰਦੀ ਹੈ, ਹਾਈ ਕੋਰਟ ਹੁੰਦੀ ਹੈ। ਅਤੇ ਜਿਸ ਤਰ੍ਹਾਂ ਦਾ ਰੋਲ ਸੀ ਪਤਾ ਤਾਂ ਸਾਰਿਆਂ ਨੂੰ ਸੀ, ਜ਼ਿਆਦਾ ਵਧੀਆ ਮੈਨੀਫੈਸਟ ਉਹਨਾਂ ਦਾ ਸਾਰਾ ਹੈ, ਬਹੁਤ ਪ੍ਰਭਾਵਿਤ ਕਰੇਗਾ, ਪ੍ਰਭਾਵਸ਼ਾਲੀ ਹੈ, ਇਹਦੇ ਨਾਲ ਦੇਸ਼ 'ਚ ਇੱਕ ਇਨਕਲਾਬ ਤਬਦੀਲੀ ਬਹੁਤ ਵੱਡੀ ਨਹੀਂ। ਵਿਰੋਧੀ ਤਰ੍ਹਾਂ ਦੀ ਤਾਕਤ ਹੁੰਦੀ ਹੈ, ਉਹ ਭਾਵੇਂ ਕੁਛ ਕਰ ਲਓ, ਉਹਨਾਂ ਨੇ ਮੁਖਾਲਤ ਕਰਨੀ, ਭਾਵੇਂ ਕੋਈ ਕਹਿ ਦੇਣ ਮੈਂ ਸਾਰਿਆਂ ਦੇ ਸੋਨੇ ਦੀ ਕੰਧਾਂ ਬਣਾ ਦੂੰਗਾ, ਆਖਣਗੇ ਨਹੀਂ ਜੀ ਇਹ ਤਾਂ ਹੋ ਨਹੀਂ ਸਰ। ਮਤਲਬ ਇਹ ਆਦਤ ਹੋ ਗਈ ਹੁਣ ਵਿਰੋਧੀ ਤਰ੍ਹਾਂ ਦੀ। ਚਾਹੀਦਾ ਤਾਂ ਹੈ ਕਿ ਜਿਹਦੀ ਗੌਰਮੈਂਟ ਬਣ ਜੇ ਉਹਦੇ ਨਾਲ ਵਿਰੋਧੀ। ਮੈਂ ਆਹੀ ਕਹਿਣਾ ਚਾਹੁੰਦਾ ਕਿ ਕਾਂਗਰਸ ਨੂੰ ਇੰਨੀਆਂ ਮਿਰਚਾਂ ਕਿਉਂ ਲੱਗੀਆਂ? ਐਸਆਈਟੀ ਦੇ 5 ਮੈਂਬਰ ਹੈ, ਐਸਆਈਟੀ ਦੇ 5 ਮੈਂਬਰ ਹੈ, ਇੱਕ ਉਹਦਾ ਚੇਅਰਮੈਨ ਹੈ ਕੰਵਰ ਵਿਜੇ ਪ੍ਰਤਾਪ, ਨਾ ਚੇਅਰਮੈਨ ਹੈ, ਇਕੱਲਾ ਇੱਕ ਮੈਂਬਰ ਹੈ। ਅਸੀਂ 4 ਬਾਕੀ ਮੈਂਬਰਾਂ ਦੇ ਇਤਰਾਜ਼ ਨਹੀਂ ਕੀਤਾ, ਕਿਉਂ ਇਹਦੇ 'ਤੇ ਕੀਤਾ? ਕਿਉਂਕਿ ਆਹ ਕਾਂਗਰਸ ਦਾ ਏਜੰਟ ਬਣ ਕੇ ਲੱਗਿਆ ਸੀ। ਇਲੈਕਸ਼ਨ ਕਮਿਸ਼ਨ ਦੇ ਸਾਹਮਣੇ ਅਸੀਂ ਸਬੂਤ ਦਿੱਤੇ ਕਿ ਕਿਵੇਂ ਆਹ ਸਾਰੀ ਗੱਲ ਕਾਂਗਰਸ ਦੇ ਸ਼ਹਿ 'ਤੇ ਕਰਦਾ ਸੀ, ਅਤੇ ਇਲੈਕਸ਼ਨ ਕਮਿਸ਼ਨ ਨੇ ਸਾਰਾ ਪੜਤਾਲ ਕਰਕੇ, ਇਨਕੁਆਇਰੀ ਕਰਕੇ ਫੈਸਲਾ ਦਿੱਤਾ। ਮੈਂ ਪੁੱਛਣਾ ਚਾਹੁੰਦਾ, ਇਲੈਕਸ਼ਨ ਕਮਿਸ਼ਨ ਨੇ ਅਸੀਂ DC ਬਠਿੰਡੇ ਨੂੰ ਬਦਲਾਇਆ, ਕੈਪਟਨ ਅਮਰਿੰਦਰ ਸਿੰਘ ਕਿਉਂ ਨਹੀਂ ਰੌਲਾ ਪਾਉਂਦਾ ਕਿ DC ਬਠਿੰਡਾ ਕਿਉਂ ਬਦਲਾਇਆ? ਕੈਪਟਨ ਅਮਰਿੰਦਰ ਸਿੰਘ ਦੂਜੇ ਜਿਹੜੇ ਅਫਸਰ ਬੁਲਾਇਆ ਉਹਨਾਂ ਬਾਰੇ ਕਿਉਂ ਨਹੀਂ ਕਹਿੰਦਾ? ਆਹ ਕਾਂਗਰਸੀ ਕਿਉਂ ਬੋਲੀ ਪਏ? ਆਹ ਜਿਹੜੇ ਬਰਗਾੜੀ ਮੋਰਚੇ ਵਾਲੇ ਕਿਉਂ ਬੋਲ ਪਏ? ਹੁਣ ਆਹੀ ਸਵਾਲ ਹੈ, ਬਰਗਾੜੀ ਮੋਰਚੇ ਵਾਲੇ ਕੈਪਟਨ ਨੇ ਬਿਠਾਈ ਸੀ ਉੱਥੇ ਆਹ ਡਰਾਮਾ ਕਰਨ ਵਾਸਤੇ, ਜਦੋਂ ਕੈਪਟਨ ਨੇ ਚਾਹਿਆ ਉਹਨਾਂ ਨੂੰ ਉਠਾ ਲਿਆ, ਹੁਣ ਉਹਨਾਂ ਦੀ ਗੇਮ ਪਲਾਨ ਨੂੰ ਹੱਥੋਂ ਪੈਰਾਂ ਉੱਤੋਂ ਜ਼ਮੀਨ ਹਿੱਲ ਗਈ ਕਿ ਇਲੈਕਸ਼ਨ ਕਮਿਸ਼ਨ ਨੇ ਦੇਖ ਲਿਆ ਕਿ ਅੱਜ ਇਹਨਾਂ ਦਾ ਕੰਮ ਇਲੈਕਸ਼ਨ ਨੂੰ ਉਹ ਅਫਸਰ ਨੂੰ ਵਰਤ ਕੇ ਇਲੈਕਸ਼ਨ ਦੇ ਵਿੱਚ ਮਾਹੌਲ ਖਰਾਬ ਕਰਨਾ ਚਾਹੁੰਦੇ ਸੀ। ਕਾਂਗਰਸ ਕਹਿੰਦੀ ਅਕਾਲੀ ਦਲ ਤੇ BJP ਦੇ ਹੱਥਾਂ ਵਿੱਚ ਖੇਡ ਰਹੇ ਇਲੈਕਸ਼ਨ ਕਮਿਸ਼ਨ। ਇਲੈਕਸ਼ਨ ਕਮਿਸ਼ਨ ਅੱਜ ਦਾ ਇੰਸਟੀਟਿਊਸ਼ਨ ਨਹੀਂ ਹੈ, ਇਹਦਾ ਮਤਲਬ ਕੋਈ ਹਾਈ ਕੋਰਟ ਫੈਸਲਾ ਦੇ ਦੇ ਆਪਾਂ ਕਹਾਂਗੇ ਹਾਈ ਕੋਰਟ ਕਰ ਰਿਹਾ। ਆਹ ਕੌਂਸਟੀਟਿਊਸ਼ਨ ਪੋਸਟ ਹੈ ਜਿਹੜਾ ਉਹਨਾਂ ਨੇ DC ਬਦਲ ਗਿਆ, ਉਹਦੇ ਬਾਰੇ ਕਿਉਂ ਨਹੀਂ ਬੋਲ ਰਹੇ? ਵੈਲ, ਤੁਸੀਂ ਇਹਨਾਂ ਸਾਰਿਆਂ ਦੀਆਂ ਗੱਲਾਂ ਤਾਂ ਸੁਣ ਲਈਆਂ, ਅਤੇ ਹੁਣ ਤੁਹਾਨੂੰ ਸੁਣਾਉਂਦੇ ਹਾਂ ਕਿ ਮੰਨਾ ਨੇ ਇਸ ਸਾਰੇ ਮਸਲੇ ਦੇ ਉੱਤੇ ਕੀ ਕਿਹਾ, ਅਤੇ ਆਖਿਰ ਜੇਕਰ ਕੁੰਵਰ ਵਿਜੇ ਪ੍ਰਤਾਪ ਸਿੰਘ ਲਗਾਤਾਰ ਇਸ SIT ਦੀ ਟੀਮ ਦੇ ਵਿੱਚ ਬਣੇ ਰਹਿੰਦੇ ਤਾਂ ਜਾਂਚ ਕਿੱਥੇ ਤੱਕ ਜਲਦ ਪਹੁੰਚਦੀ, ਅਤੇ ਕੌਣ ਉਹ ਲੋਕ ਹੁੰਦੇ ਜੋ ਸਲਾਖਾਂ ਦੇ ਪਿੱਛੇ ਹੁੰਦੇ?
ਅੱਜ 10 ਦਿਨ ਹੋ ਗਏ ਰੋਜ਼ ਸੁਖਬੀਰ ਬਾਦਲ ਅਤੇ ਮਜੀਠੀਆ ਨੂੰ ਇਹ ਮੰਗ ਕਰਦਿਆਂ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਅਤੇ ਗੋਲੀਕਾਂਡ ਦੀ ਜਾਂਚ ਕਰ ਰਹੇ ਸਿੱਟ ਦੇ ਮੈਂਬਰ ਕੁੰਵਰ ਵਿਜੇ ਪ੍ਰਤਾਪ ਨੂੰ ਜਾਂਚ ਤੋਂ ਢਾਹ ਕੇ ਕਿਸੇ ਬਾਹਰਲੇ ਸੂਬੇ 'ਚ ਭੇਜਿਆ ਜਾਵੇ। ਸੁਖਬੀਰ ਅਤੇ ਮਜੀਠੀਏ ਦੀਆਂ ਗੱਲਾਂ ਨੂੰ ਮੈਂ ਕਦੀ ਬਹੁਤਾ ਸੀਰੀਅਸਲੀ ਨਹੀਂ ਲੈਂਦਾ, ਪਰ ਜਿਸ ਜਾਂਚ ਦੇ ਮੁਕੰਮਲ ਹੋਣ ਦੀ ਹਰ ਪੰਜਾਬੀ ਬੇਸਬਰੀ ਦੇ ਨਾਲ ਉਡੀਕ ਕਰ ਰਿਹਾ ਹੋਵੇ, ਉਸ ਜਾਂਚ ਨੂੰ ਰੋਕਣ ਲਈ ਇੱਕ ਗੱਪੀ ਅਤੇ ਇੱਕ ਨਸ਼ੇ ਦਾ ਸਮਗਲਰ ਅਫਸਰਾਂ ਨੂੰ ਧਮਕਾਵੇ ਜਿਨ੍ਹਾਂ ਨੇ ਗੁਰੂ ਦੀ ਬੇਅਦਬੀ ਕਰਾਈ, ਉਹੀ ਇਨਵੈਸਟੀਗੇਸ਼ਨ ਆਫਿਸਰ ਨੂੰ ਧਮਕੀਆਂ ਦੇ ਰਿਹਾ ਕਿ ਇੱਕ ਚੋਰੀ ਅਤੇ ਉੱਪਰੋਂ ਸੀਨਾ ਜੋਰੀ। ਜਦੋਂ ਜਦੋਂ ਜਾਂਚ ਇਹਨਾਂ ਤੱਕ ਪਹੁੰਚ ਰਹੀ ਹੈ, ਇੱਕ ਕਲਾਸ ਦੇ ਨਲਾਇਕ ਬੱਚਿਆਂ ਵਾਂਗੂ ਇਹਨਾਂ ਜੀਜੇ ਅਤੇ ਸਾਲੇ ਨੇ ਰੋਣਾ ਸ਼ੁਰੂ ਕਰ ਦਿੱਤਾ। ਸੁਖਬੀਰ ਸਿਆਂ, ਇਬਤਦਾਏ ਇਸ਼ਕ ਹੈ ਅਬ ਰੋਤਾ ਹੈ ਕਿਆ, ਆਗੇ ਆਗੇ ਦੇਖੀਏ ਹੋਤਾ ਹੈ ਕਿਆ, ਯੇ ਨਿਸ਼ਾਨੇ ਇਸ਼ਕ ਹੈ ਜਾਤੇ ਨਹੀਂ, ਦਾਗ ਛਾਤੀ ਕੇ ਅਫਸ ਦੋਤਾ ਹੈ ਕਿਆ। ਹਾਂ, ਇੱਕ ਗੱਲ ਦਾ ਦੁੱਖ ਜ਼ਰੂਰ ਹੈ ਕਿ ਜੀਜੇ ਸਾਲੇ ਦੀਆਂ ਧਮਕੀਆਂ ਦੇ ਬਾਵਜੂਦ ਵੀ ਕਿੱਥੇ ਗਏ ਉਹ ਵੱਡੇ ਵੱਡੇ ਮੋਰਚੇ ਲਾਉਣ ਵਾਲੇ, ਸਰਬੱਤ ਖਾਲਸਾ ਸੱਦਣ ਵਾਲੇ, ਫੇਸਬੁੱਕ ਅਤੇ ਵਟਸਐਪ ਦੇ ਉੱਤੇ ਤਰਥੱਲੀਆਂ ਮਚਾਉਣ ਵਾਲੇ ਪੰਜਾਬੀ, ਨਿੱਕੀ ਨਿੱਕੀ ਗੱਲ 'ਤੇ ਸ਼ੇਖੀਆਂ ਮਾਰਨ ਵਾਲੇ ਅਤੇ ਹਰ ਮੁੱਦੇ ਦੇ ਉੱਤੇ ਇੱਕ ਦੂਜੇ ਕੋਲੋਂ ਅਸਤੀਫਾ ਮੰਗਣ ਵਾਲੇ ਨੇਤਾ ਕਿੱਥੇ ਗਏ? ਕੋਈ ਇੱਕ ਵੀ ਬੰਦਾ ਉਸ ਅਫਸਰ ਦੇ ਹੱਕ ਵਿੱਚ ਨਹੀਂ ਬੋਲ ਰਿਹਾ ਕਿ ਉਹਨੂੰ ਜਾਂਚ ਜਿਹੜੀ ਉਹ ਮੁਕੰਮਲ ਕਰਨ ਦੇਣੀ ਚਾਹੀਦੀ ਆ, ਜਾਂ ਸਭ ਦੇ ਇੱਕ ਦੂਜੇ ਨਾਲ ਸਮਝੌਤੇ ਹੋ ਗਏ ਆ ਜਿਵੇਂ ਹਰ ਮੁੱਦੇ ਦੇ ਉੱਤੇ ਹੋ ਜਾਂਦੇ ਆ। ਲੀਡਰਾਂ ਨੂੰ ਛੱਡੋ, ਕੋਈ ਆਮ ਪੰਜਾਬੀ ਵੀ ਨਹੀਂ ਬੋਲ ਰਿਹਾ ਉਸ ਸਿੱਟ ਦੇ ਮੈਂਬਰਾਂ ਦੇ ਹੱਕ ਦੇ ਵਿੱਚ। ਕੀ ਪੰਜਾਬੀ ਸਿਰਫ ਫਿਲਮਾਂ ਅਤੇ ਕਿਤਾਬਾਂ 'ਚ ਹੀ ਦਲੇਰ ਰਹਿ ਗਏ ਆ? ਇੱਕ ਗੱਲ ਯਾਦ ਰੱਖਿਓ ਕਿ ਜਿਹੜੀ ਗਊ ਸ਼ੇਰ ਦੇ ਮੂੰਹ ਆ ਗਈ ਉਹਦਾ ਮਾਸ ਵੀ ਨਹੀਂ ਅਤੇ ਉਹਦਾ ਖੱਲ ਵੀ ਨਹੀਂ। ਜਿਹੜੇ ਬਾਗ ਦਾ ਮਾਲੀ ਬੇਈਮਾਨ ਹੋ ਜੇ ਉਹਦੇ ਪੱਤੇ ਵੀ ਨਹੀਂ ਅਤੇ ਉਹਦੇ ਫਲ ਵੀ ਨਹੀਂ। ਜਿਹੜੇ ਮਕਾਨ ਦੀ ਨੀਂਹ ਜਵਾਬ ਦੇ ਜੇ ਉਹ ਦਿਨ ਵੀ ਨਹੀਂ ਅਤੇ ਉਹ ਪਲ ਵੀ ਨਹੀਂ। ਜਿਸ ਇਨਸਾਨ ਦੇ ਖੂਨ 'ਚੋਂ ਗਈ ਗੈਰਤ ਉਹ ਅੱਜ ਵੀ ਨਹੀਂ ਅਤੇ ਉਹ ਕੱਲ੍ਹ ਵੀ ਨਹੀਂ। ਸਿੱਖ ਅਤੇ ਸਿੱਖ ਬੰਦੇ ਦੇ ਉੱਤੇ ਕੋਈ ਚੁਟਕਲਾ ਬਣਦਾ ਅਤੇ ਆਪਾਂ ਸਾਰਾ ਅਸਮਾਨ ਸਿਰ 'ਤੇ ਚੁੱਕ ਲੈਂਦੇ ਹਾਂ। ਗੁਰੂਆਂ ਦੀਆਂ ਆਜ਼ਾਦੀ 'ਚ ਪੰਜਾਬੀਆਂ ਦੀਆਂ ਕੁਰਬਾਨੀਆਂ ਦੱਸਣ ਲੱਗ ਪੈਂਦੇ ਹਾਂ, ਇੱਕ ਚੁਟਕਲੇ ਦੇ ਬਦਲੇ ਆਪਾਂ ਸਾਰੇ ਹਿੰਦੂਆਂ ਨੂੰ ਨੀਵਾਂ ਵਿਖਾਉਣ ਲੱਗ ਪੈਂਦੇ ਹਾਂ, ਅਤੇ ਇੱਕ ਹਿੰਦੂ ਅਫਸਰ ਗੁਰੂ ਗ੍ਰੰਥ ਸਾਹਿਬ ਦਾ ਓਟ ਆਸਰਾ ਲੈ ਕੇ ਗੁਰੂ ਸਾਹਿਬ ਦੀ ਬੇਅਦਬੀ ਦੀ ਜਾਂਚ ਕਰ ਰਿਹਾ ਹੋਵੇ ਅਤੇ ਉਹਦੇ ਹੱਕ 'ਚ ਕੋਈ ਬੋਲੇ ਹੀ ਨਾ, ਕਿਸੇ ਦੀ ਆਵਾਜ਼ ਹੀ ਨਾ ਨਿਕਲੇ? ਜਿਹੜਾ ਕੰਮ ਵੱਡੀਆਂ ਵੱਡੀਆਂ ਜਥੇਬੰਦੀਆਂ ਵੱਡੇ ਵੱਡੇ ਜਥੇਦਾਰ ਨਾ ਕਰ ਸਕੇ ਹੋਣ, ਉਹ ਕੁੰਵਰ ਵਿਜੇ ਪ੍ਰਤਾਪ ਕਰ ਰਿਹਾ ਹੋਵੇ ਅਤੇ ਪੰਜਾਬੀ ਉਹਦਾ ਸਾਥ ਨਾ ਦੇਣ, ਕਿੱਥੇ ਮਰ ਗਿਆ ਸਾਡਾ ਪੰਜਾਬੀਆਂ ਦਾ ਸਾਰਿਆਂ ਦਾ ਜ਼ਮੀਰ? ਮੈਂ ਤਾਂ ਸਮੁੱਚੇ ਪੰਜਾਬੀਆਂ ਨੂੰ ਇਹ ਕਹੂੰਗਾ ਕਿ ਚਾਹੇ ਉਹਨਾਂ 'ਚ ਕੋਈ ਸਿੱਖ ਹੈ, ਚਾਹੇ ਮੁਸਲਮਾਨ ਹੈ, ਚਾਹੇ ਹਿੰਦੂ ਹੈ, ਚਾਹੇ ਈਸਾਈ ਹੈ, ਕਿ ਇੱਕ ਦੂਜੇ ਦਾ ਧਰਮ ਦਾ ਸਤਿਕਾਰ ਅਤੇ ਉਹਦੀ ਰੱਖਿਆ ਕਰਨੀ ਚਾਹੀਦੀ ਹੈ। ਸਭ ਨੂੰ ਇਕੱਠੇ ਹੋ ਕੇ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ, ਨਹੀਂ ਤਾਂ ਬਹੁਤ ਦੇਰ ਹੋ ਜਾਊਗੀ ਕਿ ਉੱਠ ਜਾਗ ਪੈ ਨੀਂਦ 'ਚੋਂ ਚਿਰਾਂ ਤੋਂ ਸੁੱਤੇ ਗਾਫਲਾ, ਬਲਦੀ ਸ਼ੰਮਾਂ ਵੱਲ ਤੁਰ ਪਿਆ ਪਤੰਗਿਆਂ ਦਾ ਕਾਫਲਾ। ਸੁਖਬੀਰ ਬਾਦਲ, ਕੀ ਫਾਇਦਾ ਤੈਨੂੰ ਆਪਣੇ ਘਰ ਦੇ ਵਿੱਚ ਦਰਬਾਰ ਸਾਹਿਬ ਅਤੇ ਘਰ ਦੇ ਵਿੱਚ ਅਤੇ ਦਰਬਾਰ ਸਾਹਿਬ ਪੱਕੇ ਪਾਠ ਕਰਾਉਣ ਦਾ, ਜਦ ਕੋਈ ਆਪਣੇ ਗੁਰੂ ਦੇ ਕਤਲ ਦੇ ਵਿੱਚ ਅਤੇ ਗੁਰੂ ਦੀ ਤਾਬਿਆ ਗੁਰੂ ਦੀ ਰਾਖੀ ਲਈ ਉਹਦੀ ਤਾਬਿਆ 'ਚ ਬੈਠੇ ਲੋਕਾਂ ਦੇ ਕਤਲ ਦੇ ਵਿੱਚ ਤੇਰਾ ਹੱਥ ਹੋਵੇ? ਤੈਨੂੰ ਇਹਨਾਂ ਪਾਠਾਂ ਦਾ ਕੋਈ ਪੁੰਨ ਨਹੀਂ ਲੱਗਣਾ, ਤੈਨੂੰ ਕੋਈ ਫਲ ਨਹੀਂ ਮਿਲਣਾ। KPS ਗਿੱਲ, ਉਹਨੇ ਸਿਰਫ ਬੰਦੇ ਮਾਰੇ ਸੀਗੇ ਅਤੇ ਅਕਾਲ ਤਖ਼ਤ ਉਹਦੀ ਅਰਦਾਸ ਤੱਕ ਕਰਨ ਦੀ ਮਨਾਹੀ ਦੇ ਹੁਕਮ ਜਾਰੀ ਹੋਏ ਸੀਗੇ, ਤੂੰ ਤਾਂ ਗੁਰੂ ਦਾ ਕਤਲ ਕੀਤਾ, ਤੇਰੇ ਲਈ ਹੁਕਮ ਕਿਉਂ ਨਹੀਂ ਜਾਰੀ ਹੁੰਦੇ? ਤੇਰੇ ਲਈ ਅਰਦਾਸ ਜਿਹੜੀ ਹੈ ਕਿਉਂ ਨਹੀਂ ਬੰਦ ਹੁੰਦੀ ਵੀ ਤੇਰੇ ਲਈ ਕੋਈ ਅਰਦਾਸੀ ਅਰਦਾਸ ਨਾ ਕਰੇ? ਅਖੀਰ ਤੂੰ ਬੇਅਦਬੀ ਜਾਂਚ ਕਿਉਂ ਨਹੀਂ ਹੋਣ ਦੇਣਾ ਚਾਹੁੰਦਾ? ਪਹਿਲਾਂ ਤੁਸੀਂ ਆਪਣੇ ਬਣਾਏ ਕਮਿਸ਼ਨ, ਜਿਹੜਾ ਕਮਿਸ਼ਨ ਤੁਸੀਂ ਬਣਾਇਆ ਸੀਗਾ ਜੋਰਾ ਸਿੰਘ,
ਉਹ ਰਿਪੋਰਟ ਤੁਸੀਂ ਲਾਗੂ ਨਹੀਂ ਹੋਣ ਦਿੱਤੀ। ਉਸ ਤੋਂ ਬਾਅਦ ਜਸਟਿਸ ਰਣਜੀਤ ਸਿੰਘ ਨੇ ਜਾਂਚ ਕੀਤੀ, ਉਹ ਤੁਹਾਨੂੰ ਮਨਜ਼ੂਰ ਨਹੀਂ। ਜੇ ਹੁਣ ਸਿੱਟ ਜਾਂਚ ਕਰ ਰਹੀ ਹੈ ਤੇ ਉਹ ਵੀ ਤੁਹਾਨੂੰ ਮਨਜ਼ੂਰ ਨਹੀਂ, ਕਿਉਂਕਿ ਤੈਨੂੰ ਪਤਾ ਜਿਹੜਾ ਮਰਜ਼ੀ ਜਾਂਚ ਕਰ ਲੇ ਅਖੀਰ ਇਹਦੇ ਸਬੂਤ ਤੁਹਾਡੇ ਖਿਲਾਫ ਹੀ ਆਉਣੇ ਆ। ਤੂੰ ਗੁਰੂ ਮਹਾਰਾਜ ਸਾਹਿਬ ਤੋਂ ਵੱਡਾ ਨਹੀਂ ਹੋਗਾ, ਮੇਰੀ ਗੱਲ ਯਾਦ ਰੱਖੀ। ਪਰਮਾਤਮਾ ਨੇ ਤੈਨੂੰ ਸਬਕ ਸਿਖਾਉਣਾ ਤੇ ਤੂੰ ਜਿੰਨੇ ਮਰਜ਼ੀ ਸਬੂਤ ਮਿਟਾਲਾ, ਕੋਈ ਫਰਕ ਨਹੀਂ ਪੈਣਾ। ਉਸ ਗੁਰੂ ਦੀ ਨਜ਼ਰ ਦੇ ਵਿੱਚੋਂ ਤੂੰ ਸਬੂਤ ਨਹੀਂ ਮਿਟਾ ਸਕਦਾ ਕਿ ਕਾਤਿਲ ਨੇ ਕਿਸ ਸਫਾਈ ਸੇ ਧੋਈ ਹੈ ਆਸਤੀਨ, ਉਸਕੋ ਖਬਰ ਨਹੀਂ ਕਿ ਲਹੂ ਵੀ ਬੋਲਤਾ ਹੈ। ਤੇ ਬਿਕਰਮ ਮਜੀਠੀਆ ਤੁਸੀਂ ਸੁਣ ਲਾ ਕਿ ਛੱਜ ਤੇ ਬੋਲੇ ਤੇ ਛਾਨਣੀ ਕੋ ਬੋਲੇ, ਤੇਰੀ ਸਿਆਸਤ ਜਾਂ ਪੰਜਾਬ ਨੂੰ ਕੋਈ ਦੇਣ ਨਹੀਂ ਸਵਾਏ ਚਿੱਟੇ ਤੋਂ। ਤੇ ਤੇਰੀ ਸਿਆਸਤ 'ਚ ਪਹਿਚਾਣ ਇਹ ਹੈ ਕਿ ਤੂੰ ਸਿਰਫ ਸੁਖਬੀਰ ਬਾਦਲ ਦਾ ਸਾਲਾ, ਹੋਰ ਤੇਰੀ ਸਿਆਸਤ ਦੇ ਵਿੱਚ ਕੋਈ ਔਕਾਤ ਨਹੀਂ ਤੇ ਤੈਨੂੰ ਕੋਈ ਹੱਕ ਨਹੀਂ। ਤੂੰ ਇੱਕ IPS ਅਫਸਰ ਨੂੰ ਹੁਣ ਧਮਕਾਵੇ ਤੇ ਜਾਂ ਉਹਨੂੰ ਹਦਾਇਤਾਂ ਕਰੇ, ਕਿਉਂਕਿ ਕਿਸੇ ਵੱਡੇ ਬੰਦੇ ਦਾ ਸਾਲਾ ਬਣਨਾ ਬੜਾ ਸੌਖਾ, ਪਰ IPS ਅਫਸਰ ਬੜਾ ਬਣਨਾ ਜਿਹੜਾ ਉਹ ਬਹੁਤ ਔਖਾ ਹੈ। ਜੇ ਤੇਰੇ 'ਚ ਹਿੰਮਤ ਹੈ IPS ਤੇ ਦੂਰ ਇੱਕ ਥਾਣੇ ਦੇ ਮੁਨਸ਼ੀ ਦਾ ਟੈਸਟ ਪਾਸ ਕਰਕੇ ਦਿਖਾ ਦੇ, ਮੈਂ ਮੰਨ ਜਾਊਂਗਾ ਕਿ ਤੂੰ ਪੰਜਾਬ ਦੀ ਵਾਗਡੋਰ ਸੰਭਾਲ ਸਕਦਾ, ਤੂੰ IPS ਤੇ IAS ਅਫਸਰਾਂ ਨੂੰ ਹਦਾਇਤਾਂ ਕਰ ਸਕਦਾ। ਸੋ ਆਪਣੇ ਆਪ ਨੂੰ ਦਾਜ ਨਾਲ ਆਇਆ ਇੱਕ ਭਰਾ ਹੀ ਸਮਝ, ਬਹੁਤਾ ਟੀਪੂ ਸੁਲਤਾਨ ਨਾ ਸਮਝ ਆਪਣੇ ਆਪ ਨੂੰ, ਬਹੁਤਾ ਟੀਪੂ ਸੁਲਤਾਨ ਬਣਨ ਦੀ ਕੋਸ਼ਿਸ਼ ਨਾ ਕਰ। ਪਹਿਲਾਂ ਤਾਂ ਤੁਸੀਂ ਦੋਵੇਂ ਜੀਜਾ ਸਾਲਾ ਕਹਿੰਦੇ ਸੀ ਕਿ ਅਸੀਂ ਜਾਂਚ ਤੋਂ ਭੱਜਾਂਗੇ ਨਹੀਂ, ਹੁਣ ਕੀ ਮੌਤ ਪੈ ਗਈ ਤੁਹਾਨੂੰ? ਤੇ ਤੁਹਾਡੀ ਕਿਹੜੀ ਗੱਲ ਦਾ ਯਕੀਨ ਕਰੀਏ ਅਸੀਂ ਗੱਪੀਓ ਕਿ ਨਜ਼ਰ ਉਨਕੀ ਜ਼ੁਬਾਂ ਉਨਕੀ, ਮੈਂ ਕਿਸ ਕੋ ਮੁਹਤਬਰ ਸਮਝੂ, ਨਜ਼ਰ ਕੁਛ ਔਰ ਕਹਿਤੀ ਹੈ, ਜ਼ੁਬਾਂ ਕੁਛ ਔਰ ਕਹਿਤੀ ਹੈ। ਅਖੀਰ 'ਚ ਮੈਂ IG ਕੁੰਵਰ ਵਿਜੇ ਪ੍ਰਤਾਪ ਹੋਣਾ ਨੂੰ ਕਹਿਣਾ ਚਾਹੁੰਦਾ ਕਿ ਲੋਕ ਸਭਾ ਚੋਣਾਂ ਤੋਂ ਪਹਿਲਾਂ ਆਪਣੀ ਰਿਪੋਰਟ ਜਿਹੜੀ ਉਹ ਜਨਤਕ ਕਰੋ, ਤਾਂ ਜੋ ਗਲੀ ਗਲੀ ਲੋਕ ਇਹਨਾਂ ਤੋਂ ਇਹਨਾਂ ਦੇ ਕੀਤੇ ਪਾਪਾਂ ਦਾ ਹਿਸਾਬ ਮੰਗ ਸਕਣ ਔਰ ਇਹਨਾਂ ਨੂੰ ਸਬਕ ਸਿਖਾ ਸਕਣ। ਕੋਈ ਤੁਹਾਡਾ, ਮੈਂ ਤੁਹਾਨੂੰ ਇਹ ਵੀ ਕਹਿਣਾ ਚਾਹੁੰਦਾ ਕਿ ਕੋਈ ਤੁਹਾਡਾ ਸਾਥ ਦੇ ਜਾਂ ਨਾ ਦੇ, ਆਪਣਾ ਕੰਮ ਕਰਦੇ ਰਹੋ, ਕਿਉਂਕਿ ਬਾਜ ਉੱਚੀਆਂ ਉਡਾਰੀਆਂ ਮਾਰਨ ਲਈ ਕਾਵਾਂ ਨਾਲ ਸਲਾਹਾਂ ਨਹੀਂ ਕਰਦੇ। ਇਹ ਦੋ ਲਾਈਨਾਂ ਮੈਂ ਤੁਹਾਡੀ ਦਲੇਰੀ ਅਤੇ ਬਵਾਕੀ ਲਈ ਬੋਲਣ ਲੱਗਾ ਕਿ ਇਨਕਲਾਬੇ ਸੁਬਾ ਜੀ ਹਾਂ, ਜਿੱਥੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਆਈਆਂ ਹੋਣ, ਜਿੱਥੇ ਬੇਗੁਨਾਹਾਂ ਦੀ ਮੌਤ ਦਾ ਸਵਾਲ ਹੋਵੇ, ਉਹਨਾਂ ਨੂੰ ਜਸਟਿਸ ਦਿਵਾਉਣ ਦਾ ਸਵਾਲ ਹੋਵੇ, ਉੱਥੇ ਜੇਕਰ ਅਜਿਹੀ ਕੋਈ ਵੀ ਕਤਾਹੀ ਹੁੰਦੀ ਹੈ ਤਾਂ ਉਸਨੂੰ ਹਲਕੇ ਦੇ ਵਿੱਚ ਨਹੀਂ ਲੈਣਾ ਚਾਹੀਦਾ। ਤੇ ਜੇਕਰ ਕੁੰਵਰ ਵਿਜੇ ਪ੍ਰਤਾਪ ਸਿੰਘ ਨੂੰ ਚੋਣ ਕਮਿਸ਼ਨ ਨੇ ਸਿਰਫ ਤੇ ਸਿਰਫ ਅਕਾਲੀ ਦਲ ਦੇ ਦਬਾਅ ਹੇਠ ਆ ਕੇ ਬਦਲਵਾਇਆ ਹੈ, ਤਾਂ ਇਸ ਦੇ ਵਾਸਤੇ ਸਿੱਖ ਸੰਗਤ ਨੂੰ ਆਵਾਜ਼ ਬੁਲੰਦ ਕਰਨੀ ਬਣਦੀ ਹੈ, ਕਿਉਂਕਿ ਜੇਕਰ ਕਿਸੇ ਡਰ ਦੇ ਅਧੀਨ ਅਕਾਲੀ ਦਲ ਬਾਦਲ ਨੇ ਇਹ ਸਭ ਕਰਵਾਇਆ ਹੈ ਤਾਂ ਇਹ ਸਾਫ਼ ਤੌਰ ਉੱਤੇ ਇਹ ਜ਼ਾਹਿਰ ਕਰਦਾ ਹੈ ਕਿ ਅਕਾਲੀ ਦਲ ਬਾਦਲ ਕਿਤੇ ਨਾ ਕਿਤੇ ਹੋਈਆਂ ਬੇਅਦਬੀਆਂ ਤੋਂ ਲੈ ਕੇ ਗੋਲੀ ਕਾਂਡ ਤੱਕ ਦਾ ਜ਼ਿੰਮੇਵਾਰ ਹੈ। ਤੇ ਕੈਪਟਨ ਸਰਕਾਰ ਨੂੰ ਵੀ ਚਾਹੀਦਾ ਹੈ ਕਿ ਉਹ ਕੋਰਟ ਦਾ ਦਰਵਾਜ਼ਾ ਖੜਕਾਉਣ ਤਾਂ ਜੋ ਵਾਪਸ ਕੁੰਵਰ ਵਿਜੇ ਪ੍ਰਤਾਪ ਸਿੰਘ ਨੂੰ ਇਸ SIT ਦੇ ਵਿੱਚ ਸ਼ਾਮਿਲ ਕੀਤਾ ਜਾਵੇ। ਤੇ ਜੇਕਰ ਕੈਪਟਨ ਅਮਰਿੰਦਰ ਸਿੰਘ ਅਜਿਹਾ ਨਹੀਂ ਕਰਦੇ ਤਾਂ ਪਤਾ ਲੱਗ ਜਾਏਗਾ ਕਿ ਕਿਤੇ ਨਾ ਕਿਤੇ ਕੁੱਤੀ ਵੀ ਚੋਰਾਂ ਨਾਲ ਹੀ ਮਿਲੀ ਹੋਈ ਹੈ। ਤੁਸੀਂ ਸਭ ਇਸ ਮਸਲੇ ਉੱਤੇ ਕੀ ਸੋਚਦੇ ਹੋ? ਆਪਣੇ ਵਿਚਾਰ ਨੀਚੇ ਕਮੈਂਟਸ ਦੇ ਵਿੱਚ ਜ਼ਰੂਰ ਦੇਣਾ। ਵੀਡੀਓ ਚੰਗੀ ਲੱਗੀ ਹੋਵੇ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖ ਧਰਮ ਦੀ ਹਰ ਗਤੀਵਿਧੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ, ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ।